ਅੱਜ ਅਸੀਂ ਹਰਜੀਤ ਕੌਰ ਨੂੰ ਦੋ ਸੂਟ ਦਵਾਉਣੇ ਆ। ਮੰਮੀ ਤੂੰ ਡੋਸਾ ਖਾਣਾ ਹੈ? ਹਾਂ ਖਾ ਲੈਣੀ। ਹਰਜੀਤ ਕੌਰ ਜਾਣੀ ਕਿ ਪਾਲੇ ਦੀ ਕੁੜੀ, ਜਾਣੀ ਕਿ ਮੇਰੀ ਮੰਮੀ ਜੀ ਨਾਲ ਤੁਸੀਂ ਮਿਲ ਚੁੱਕੇ ਹੋ ਤੇ ਗੁੱਸੇ ਦੇ ਨਾਲ ਵੇਖਣ ਦੇ ਮੋਟੇ ਹੁੰਦੇ ਉਧਰ ਪਾਣੀ ਪਾ ਰਿਹਾ ਗੱਡੀ ਤੇ। ਅੱਜ ਅਸੀਂ ਹਰਜੀਤ ਕੌਰ ਨੂੰ ਦੋ ਸੂਟ ਦਵਾਉਣੇ ਆ। ਮੈਂ ਕਿਹਾ ਚਲੋ ਅਸੀਂ ਵੀ ਨਾਲ ਜਾਣਾ ਤਾਂ ਅਸੀਂ ਹੁੰਦਾ ਨਾਲ, ਮੰਮੀ ਨੇ ਵਿਚਾਰੀ ਨੇ ਇਕੱਲੀ ਨੇ ਕਿੱਥੇ ਜਾਣਾ ਇੰਨੀ ਗਰਮੀ ਚ? ਗਰਮੀ ਬਹੁਤ ਭਾਜੀ, ਦੋ ਦਿਨ ਮਿੰਟ ਹੀ ਖੜੇ ਨੇ, ਗਰਮੀ ਬਹੁਤ ਹੋ ਜਾਂਦੀ ਯਾਰ। ਇੱਕ ਦਿਨ ਮੀਂਹ ਪੈਂਦਾ, ਦੂਜੇ ਦਿਨ ਹਿਊਮਿਡਿਟੀ ਜੀ ਕੀ ਕਹਿੰਦੇ ਉਹ ਜਾਂਦੀ ਆ, ਤੀਜੇ ਦਿਨ ਵੱਟ ਜਾ ਚੜ ਜਾਂਦਾ, ਚੌਥੇ ਦਿਨ ਮੀਂਹ ਪੈ ਜਾਂਦਾ, ਬਸ ਚਾਰ ਦਿਨ ਜ਼ਿੰਦਗੀ ਦੇ ਅਸੀਂ ਲੰਘ ਜਾਣੇ ਆ। ਸੋ ਫਰੈਂਡਸ ਅੱਜ ਅਸੀਂ ਚੱਲੇ ਹਾਂ। ਕਿੱਥੇ ਚੱਲੇ ਹਰਜੀਤ ਕੌਰ? ਮੈਨੂੰ ਕੀ ਪਤਾ ਕਿੱਥੇ ਚੱਲੇ, ਪੱਗਾਂ ਵੀ ਦਵਾਉਣੀਆਂ ਵਾ ਮੈਨੂੰ, ਫਿਰ ਜਾ ਰਿਹਾ ਮੈਂ ਇਹਦਾ ਮਤਲਬ। ਮੰਮੀ ਜੀ ਚਲੋ ਚੱਲ ਗਏ। ਸੋ ਸ਼ਾਹ ਜੀ ਮਿਲਦੇ ਹਾਂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਆ। ਮੋਟੇ ਹੋਣੀ ਕਹਿੰਦੇ ਹਟਦੇ ਨਹੀਂ, ਇਹ ਲੱਗਦਾ ਚਮਕਾ ਕੇ ਰਹਿਣਗੇ ਕੁਛ ਨਾ ਕੁਛ। ਵਾਹ ਜੀ ਵਾਹ, ਮਾਂ ਨੇ ਪੁੱਤ ਜੰਮਿਆ ਕਿ ਇਕੱਠੇ ਕੀਤੇ ਰੋੜੇ। ਵਾਹ, ਜੇ ਰੋੜੇ ਅੱਧੇ ਵਿੱਚ ਬੈਠੇ ਤੇ ਅੱਧੇ ਬਾਹਰ ਬੈਠੇ। ਮੈਨੂੰ ਨਾ ਉੱਚਾ ਨਹੀਂ ਬੋਲਿਆ ਕਰੋ। ਚਲੋ ਫਰੈਂਡਸ ਮਿਲਦੇ ਆ ਅੱਗੇ ਨਾਲ ਦੀ ਨਾਲ। ਹਾਂਜੀ, ਜਿੱਦਾਂ ਕਿ ਤੁਹਾਨੂੰ ਪਤਾ ਲੱਗ ਹੀ ਰਿਹਾ ਕਿ ਆਪਾਂ ਮੋਗੇ ਸ਼ਹਿਰ ਦੇ ਵਿੱਚ ਇੰਟਰ ਹੋ ਚੁੱਕੇ ਹਾਂ। ਇੱਕ ਸਾਈਡ ਮੰਮੀ ਬੈਠੀ, ਇੱਕ ਸਾਈਡ ਗਾਗੂ, ਪੇਛੇ ਮੈਂ ਬੈਠਾ ਆ। ਯੋ ਵਿਊ ਚੈੱਕ ਕਰ ਸਕਦੇ ਹੋ। ਓ ਮਾਈ ਗੋਡ, ਗੱਡੀ ਦੀਆਂ ਬ੍ਰੇਕਾਂ ਲੱਗ ਗਈਆਂ। ਰੁਕ ਲਓ ਰੁਕ ਲਓ ਰੁਕ ਲਓ ਰੁਕ। ਮੰਮੀ ਤੂੰ ਡੋਸਾ ਖਾਣਾ ਹੈ? ਹਾਂ ਖਾ ਲੈਣੀ। ਹਾਏ ਤੂੰ ਤਾਂ ਬਾਹਲੀ ਦੇਸਣ ਹੈ, ਕਿੰਨੀਆਂ ਵਿਕਦੀਆਂ ਕੈਲਰੀਆਂ ਖਾ ਜਾਨੀ, ਕਿੰਨੀਆਂ ਮਿਲ ਜਾਣ। ਆਪਣੇ ਗੱਡੀ ਏਦਾਂ ਨੀ, ਐ ਨੀ ਹਰਜੀਤ ਘਰ ਜਾਣੀ ਕਿ ਮੰਮੀ ਜੀ ਏਦਾਂ ਨੀ ਬਣਦੀਆਂ ਗੱਲਾਂ, ਸੋਹਣੀ ਬਣਾਈ ਆ ਵੀ ਇਹਨੇ ਗੱਡੀ। ਹਾਂਜੀ ਮੇਰੇ ਵੀਰੇ, ਜਿੱਦਾਂ ਕਿ ਤੁਸੀਂ ਪਿੱਛੇ ਜਿਹੜਾ ਬੱਸ ਅੱਡਾ ਦੇਖ ਰਹੇ ਹੋ, ਇੱਥੇ ਗੱਗੂ ਹੁਣਾਂ ਨੇ ਸ਼ੁਰੂਆਤ ਕੀਤੀ ਸੀ ਵੀਡੀਓ ਬਣਾਉਣ ਦੀ। ਹਾਂਜੀ, ਇੱਥੋਂ ਪ੍ਰਸ਼ਾਸਨ ਨੇ ਇੱਕ ਵਾਰੀ ਇਹਨਾਂ ਨੂੰ ਚੱਕ ਵੀ ਲਿਆ ਸੀ ਤੇ ਡੰਡੇ ਬਹੁਤ ਫੇਰੇ ਇਹਨਾਂ ਦੇ, ਤੇ ਬਾਅਦ ਚ ਸਾਲ ਬਾਅਦ ਜਾ ਕੇ ਮੰਨੇ ਕਿ ਹਾਏ ਭਾਜੀ ਮੇਰੇ ਵੀ ਮਾਰੇ ਸੀ ਤੇ ਮੇਰੇ ਵੀ ਮਾਰੇ ਸੀ। ਵਧੀਆ ਸੀ, ਇੱਥੇ ਵਧੀਆ ਇੱਥੇ ਵੀਡੀਓ ਬਣਾਉਣ ਲੱਗੇ ਸੀ ਅਸੀਂ। ਪ੍ਰਸ਼ਾਸਨ ਨੇ ਕਿੰਨਾ ਕੁ ਤੁਹਾਡੇ ਨਾਲ ਪਿਆਰ ਵਿਖਾਇਆ ਫਿਰ ਅੰਦਰ ਜਾ ਕੇ? ਨਹੀਂ ਉਹ ਤਾਂ ਉਹਨਾਂ ਦਾ ਫਰਜ਼ ਆ, ਉਹਨਾਂ ਨੇ ਨਿਭਾਤਾ, ਉਹਨਾਂ ਨੇ ਆਪਦਾ ਫਰਜ਼ ਨਿਭਾਇਆ ਤੇ ਤੁਹਾਡੇ ਤੇ ਪੂਰਾ ਕਹਿ ਦਿੱਤਾ ਆ। ਕਿਆ ਬਾਤ ਹੈ ਮੇਰੇ ਵੀਰੋ, ਮੰਮੀ ਜੀ ਨੇ ਫਿਰ ਬਾਅਦ ਚ ਗੱਗੂ ਉਹਨਾਂ ਨੇ ਛਡਾਇਆ। ਵਾਹ ਕਿਆ ਬਾਤ ਹੈ, ਉਦੋਂ ਦੇ ਛਿੱਤਰ ਕਾਹਦੇ ਕੰਮ ਆ ਗਏ, ਰਾਸ ਆ ਗਏ ਆਪਦੇ ਕਿੱਤੇ ਨੂੰ ਤਾਂ ਲੱਗੇ। ਉਹ ਮੈਂ ਵਿਹਲੇ ਹੀ ਫਿਰਦੇ, ਗੱਗੂ ਹੋਣੀ ਕਿਉਂ ਬੇਚ ਲੈ ਕੇ ਵੇਚ ਆ ਰਿਹਾ ਤੈਨੂੰ? ਮੱਛੀ ਪੱਥਰ ਚੱਟ ਕੇ ਮੁੜਦੀ ਹੈ ਤਾਂ ਪੱਥਰ ਚੱਟ ਕੇ ਮੁੜੇ। ਮੰਮੀ ਜੀ ਦੀ ਵੀ ਸੁਣਾਈ ਜਾਵੇ। ਯੈਸ, ਮੈਂ ਮੱਛੀ ਮੁੱਛੀ ਤਾਂ ਹੈ ਨਹੀਂ ਮੰਮੀ। ਯੈਸ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਮੱਛੀ ਨਹੀਂ ਹੈਗਾ, ਸੋ ਇਹ ਗੱਲ ਕੈਨਸਲ ਕੀਤੀ ਜਾਵੇ ਇੱਥੇ। ਠੀਕ ਹੈ ਜੀ, ਕੈਨਸਲ ਨਾ ਕੀਤੀ ਜਾਵੇ ਇਹ ਗੱਲ, ਲਾਈ ਜਾਵੇ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਆ। ਅਗਾ ਜੀ, ਉਹ ਤੂੰ ਇੱਧਰ ਦੀ ਕਿੱਧਰ ਲੈ ਕੇ ਆ ਗਿਆ, ਮੈਂ ਜਾਣਾ ਕਿਹੜੀ ਦੁਕਾਨ ਤੇ? ਅੱਲਾ ਗੱਲਾਂ, ਤੁਸੀਂ ਮੈਨੂੰ ਇੱਧਰ ਨੂੰ ਮੋੜਤਾ, ਅਸੀਂ ਕਿਹਾ ਮੋੜ ਦਿੱਤਾ, ਤੇਰਾ ਦਿਮਾਗ ਨਹੀਂ ਕੰਮ ਕਰਦਾ ਵੀ ਉੱਧਰ ਦੀ ਕੈਂਪਾਂ 'ਚ ਜਾ। ਤੂੰ ਹੀ ਦਰਸ਼ਕ ਵੀਰਾਂ ਨੂੰ ਦੱਸਣਾ ਚਾਹੁੰਦਾ ਇਸ ਬੱਸ ਸਟੈਂਡ ਬਾਰੇ, ਪਰ ਗਲਤ ਪਾਸੇ ਆ ਮੰਮੀ, ਤੂੰ ਜ਼ਰੂਰੀ ਘੁੰਮ ਕੇ ਹੁਣ ਮਾਂ ਮੈਂ ਗਲਤ ਪਾਸੇ ਆ। ਹੁਣ ਐਂ ਦੀ ਚੱਲੀਏ, ਹੁਣ ਐਂ ਦੀ ਜਾਏਗਾ, ਹੋਰ ਹੁਣ ਕਿੱਧਰ ਦੀ ਉੱਤੋਂ ਦੀ ਟੱਪ ਜਾਏਗਾ। ਗੱਡੀ ਨਹੀਂ ਲੈ ਗਿਆ, ਇਧਰ ਦੀ ਵੇਲਾ ਭੀੜ ਭੜਕੇ ਚੋ ਲੈ ਕੇ ਆਇਆ, ਇੱਧਰ ਦੀ ਅੱਧਾ ਘੰਟਾ ਵੱਧ ਲਾ ਕੇ ਆਇਆ, ਆਪਾਂ ਕਿੰਨਾ ਟਾਈਮ ਇਕੱਠੇ ਸਪੈਂਡ ਕੀਤਾ ਉਹ ਨੀ ਤੁਸੀਂ ਸੋਚਦੇ, ਟਾਈਮ ਸਪੈਂਡ ਨੂੰ ਤੇਲ ਖਾਦਾ, ਪਾਣੀ ਤੇ ਨੀ ਚੱਲਦੀ ਗੀ, ਤੇਲ ਦੀ ਬਚਤ ਨਾ ਕਰਿਓ ਤੁਸੀਂ। ਮੰਮੀ ਜੀ ਦਰਸ਼ਕ ਵੀਰ ਤੁਹਾਡੇ ਨਾਲ ਨੇ, ਗੱਗੂ ਨੂੰ ਗਾਲਾਂ ਕੱਢਣਗੇ ਕਮੈਂਟਾਂ ਦੇ ਵਿੱਚ, ਗੱਗੂ ਨੇ ਗਲਤ ਕੀਤਾ, ਗੱਗੂ ਨੇ ਕੀਤਾ ਹੀ ਗਲਤ। ਯੈਸ ਮੰਮੀ, ਤੁਹਾਡੀ ਗੱਲ ਫੋਲੋ ਕੀਤੀ ਜਾਏਗੀ। ਵਲ ਪਾ ਕੇ ਤੇ ਕਿੱਧਰ ਦੀ ਕਿੱਧਰ ਭੀੜ ਭੜੱਕੇ ਦੇ ਵਿੱਚ ਦੀ ਲੈ ਕੇ ਆ। ਓ ਮਾਈ ਗੋਡ, ਜੇ ਗੱਡੀ ਕਿਸੇ ਨਾਲ ਲੱਗ ਜਾਊ ਸੀ ਆਪਾਂ ਪੈ ਜੇ। ਸਹੀ ਗੱਲ ਆ, ਕੀ ਡਿਮਾਂਡ ਕੀਤੀ ਮੰਮੀ ਨੇ? ਮੰਮੀ ਨੇ ਕੀਤੀ ਆ, ਨਾ ਤਾਂ ਬਾਲਾ ਮਹਿੰਗਾ ਹੋਵੇ ਤੇ ਨਾ ਹੀ ਬਾਲਾ ਸਸਤਾ ਸਸਤਾ, ਮੀਡੀਅਮ ਸਾਈਜ਼ ਵਿੱਚ ਵਾਲੇ ਸੂਟ ਲੈਣੇ ਮੰਮੀ ਨੇ। ਨਹੀਂ ਕਿੰਨੇ ਕੁ ਮਤਲਬ ਮੀਡੀਅਮ ਤੁਹਾਡਾ ਕਿੰਨਾ ਕੁ ਹੁੰਦਾ? ਮਤਲਬ ਕੋਈ ਨਹੀਂ, 2-400 ਵਾਲਾ ਲੈ ਲਾਂਗੇ, ਫਿਰ ਕਿਹੜੀ ਵੱਡੀ ਗੱਲ ਆ। ਐਡਾ ਨਹੀਂ ਹੈਗੀ ਮੀਡੀਅਮ ਮੰਮੀ, ਐਡਾ ਆ ਤੇਰਾ 2-400 ਵਾਲਾ ਤੇ ਨਹੀਂ ਹੈਗਾ ਜਿਹੜਾ ਸਵਾਈ। ਨਹੀਂ ਐ ਜਿਆ ਨਹੀਂ ਲੈਣਾ, ਇਹ ਦਸਤਾਂ ਲੈ, ਇਹ ਜਣਾ ਦੇ ਵੀ ਇਹੋ ਜੀ ਹੋਰ ਜਿੱਦ ਕਾ। ਮੁੰਡਿਆਂ 'ਚ ਵੈਰਾਈਟੀ ਹੁੰਦੀ ਆ ਬਾਈ, ਪੈਂਟ ਸ਼ਰਟ ਕੁੜਤਾ ਪਜਾਮਾ, ਕੁੜਤਾ ਪਜਾਮਾ। ਕੁੜੀਆਂ ਦੀ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਆ? ਤੇਰਾ ਨਹੀਂ ਇੰਟਰਸਟ ਹੈਗਾ ਤੇਰੇ 'ਚ?
ਬੀਬੀ ਵਾਲੇ ਇੰਟਰਸਟ ਹੈ ਇਧਰ ਜਿਨ੍ਹਾਂ ਨੇ ਕੱਪੜੇ ਲੈਣੇ ਹੈ ਭਾਈ ਲਸ਼ਕਾਰ ਕੁੜੀਆਂ ਚ ਕਿਹੜੇ ਕਿਹੜੀ ਵੈਰਾਈਟੀ ਹੁੰਦੀ ਹੈ ਕੱਪੜਿਆਂ ਦੀ ਮਤਲਬ ਜੇ ਡਰੈਸ ਦੀ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਸ਼ਰਾਰਾ ਸੂਟ ਹੈਗਾ ਵਾ ਨਹੀਂ ਕਿੰਨੇ ਤਾਂ ਮੈਂ ਲਗਾਤਾਰ ਹੀ ਦੱਸੋ ਲਗਾਤਾਰ ਦੱਸਾਂ ਸ਼ਰਾਰਾ ਸੂਟ ਲਾਚਾ ਲਹਿੰਗਾ ਹਾਂ ਤੇ ਗਾਊਨ ਹੈਗੇ ਵਨ ਪੀਸ ਜਦੋਂ ਮੰਮੀ ਨੇ ਸ਼ੋਪਿੰਗ ਕਰਨ ਆਈ ਤਾਂ ਉਦੋਂ ਪਤਾ ਲੱਗਦਾ ਕਿੰਨੇ ਕਿੰਨੇ ਭਾਂਤ ਭਾਂਤ ਦੇ ਰੰਗ ਆ ਤੇ ਦੁਨੀਆ ਕਿੰਨੇ ਰੰਗਾਂ ਦੀ ਚੌਥਾ ਵੀ ਸੂਟ ਸਿਲੈਕਟ ਕਰਨਗੇ ਇਹਨਾਂ ਨੇ ਟਾਈਮ ਜ਼ਿਆਦਾ ਲੱਗ ਜਾਂਦਾ ਜਿੱਦਾਂ ਕਿ ਤੁਸੀਂ ਮੋਗੇ ਦੇ ਵਿੱਚ ਆਪਣੇ ਕਿਹੜੀ ਮਾਰਕੀਟ ਹੈ ਜੀ ਕੱਪੜਾ ਮਾਰਕੀਟ ਕੈਂਪਾਂ ਦੇ ਵਿੱਚ ਸੁਖਮਨੀ ਸਟੋਰ ਤੇ ਆ ਜਾਣਾ ਅਮਨ ਲਈ ਗੁਰਦੀਪ ਲਈ ਘਰ ਪਾਉਣ ਵਾਲੇ ਸੂਟ ਆ ਲਓ ਜੀਤ ਕੌਰ ਜੀ ਹੈਲਪ ਕਰਿਓ ਵੀਰ ਭਰਾ ਪੱਗਾਂ ਦੇ ਕਲਰ ਆ ਵਾ ਸਾਰੇ ਚੈੱਕ ਕਰ ਲਓ ਸਲੋ ਕਰਕੇ ਇੱਕ ਜਾਣੀ ਉਹ ਜਾਣੇ ਯਾਰ ਆਣ ਕੇ ਕਨਫਿਊਜ਼ ਹੋ ਜਾਂਦੀ ਜ਼ਿਆਦਾ ਕਲਰ ਦੇਖ ਕੇ ਨਾ ਆਹ ਦੋ ਕਲਰ ਤਾਂ ਆਪਣੇ ਲੈ ਆਈ ਹਾਂ ਪੱਗਾਂ ਸਿਲੈਕਟ ਕਰਨ ਵਾਲਾ ਕੰਮ ਬੜਾ ਔਖਾ ਵੀਰ ਭਰਾ ਜ਼ਰੂਰ ਦੱਸਿਓ ਰੈਕਮੈਂਡ ਕਰਿਓ ਆਹ ਪੱਗ ਅਤੇ ਆਹ ਪੱਗ ਚਲੋ ਭਾਅ ਜੀ ਹੁਣ ਠੀਕ ਠੀਕ ਰੇਟ ਲਾਇਓ ਅਤੇ ਇੱਕ ਤਾਂ ਨੰਬਰ ਜ਼ਰੂਰ ਦੱਸਿਓ ਓਕੇ ਇੰਸਟਾ ਪੇਜ 'ਤੇ ਅਪਡੇਟ ਹੁੰਦੀ ਰਹਿੰਦੀ ਆ ਉਹ ਦੱਸ ਦਿਓ ਇੰਸਟਾ ਪੇਜ ਸੁਖਮਣੀ ਫੈਸ਼ਨ ਦੇ ਨਾਂ 'ਤੇ ਤੁਸੀਂ ਚੈੱਕ ਕਰ ਸਕਦੇ ਨਵੀਂ ਅਪਡੇਟ ਦੀ ਜਿੱਥੇ ਮਰਜ਼ੀ ਜੇ ਕੋਈ ਬਾਹਰੋਂ ਤੁਹਾਨੂੰ ਸਿਲੈਕਟ ਕਰੇ ਕੈ ਮੰਨ ਲਓ ਫੋਨ ਲਾ ਕੇ ਕਰਾ ਦੋਗੇ ਡਿਲੀਵਰੀ ਡਿਲੀਵਰੀ ਕਰਾ ਦੋਗੇ ਸਾਰਾ ਕੁਛ ਆਹ ਤੁਹਾਡੇ ਭਰਾ ਨੇ ਪੱਗਾਂ ਦੇ ਕਲਰ ਲੈ ਲਏ ਡਨ ਹੋ ਗਿਆ ਅਤੇ ਹੁਣ ਰੇਟ ਠੀਕ ਠੀਕ ਲਾ ਲਿਓ ਮਾਂ ਨਹੀਂ ਆ ਕਰ ਲਿਓ ਹੁਣ ਅਤੇ ਲਓ ਵੀ ਜਿੱਦਾਂ ਕਿ ਆਪਾਂ ਮੋਗੇ 'ਚ ਹੁਣ ਬਾਹਰ ਨਿਕਲ ਚੱਲੇ ਹਾਂ ਠੀਕ ਆ ਅਤੇ ਮੰਮੀ ਨੇ ਦੋ ਸੂਟ ਲੈਣੇ ਸੀ ਕਰਦੀ ਨੇ ਲੈ ਲਏ ਵੱਧ ਵਿਆਹ ਤੋਂ ਪਹਿਲਾਂ ਕਿਹੜਾ ਬੰਦਾ ਸੁਧਾਰਾ ਦਿੰਦਾ ਹੁੰਦਾ ਮੈਨੂੰ ਤਾਂ ਪਤਾ ਨੀ ਸੁਧਾਰਾ ਜੀ ਆਈ ਸਾਨੂੰ ਦੇਣਾ ਹੀ ਪੈਂਦਾ ਵਾਗਰਾ ਪਲਾ ਜੀ ਆਹੋ ਤੇ ਫਿਰ ਦੂਜਿਆਂ ਦੇ ਨੀ ਕਹਿ ਗਏ ਥੋੜੀਆਂ ਘੱਟ ਕਰੀ ਸਕੀਮ ਨਾਲ ਭਾਜੀ ਆ ਵੀ ਕੱਢ ਦੋ ਉਹ ਲਾਈਨਿੰਗ ਲੈ ਲਈ ਸੱਚ ਘਾਟਾ ਕਿਨੂੰ ਪਿਆ ਗਰੀਬ ਗੁਰਸ਼ਰਨ ਸਿੰਘ ਨੂੰ ਇਹ ਰੱਬ ਵੇਖਦਾ ਵਾ ਮੈਨੂੰ ਵੀ ਰੱਬ ਵੇਖਦਾ ਵਾ ਤਾਂ ਹੀ ਤੈਨੂੰ ਰੱਬ ਵੇਖਦਾ ਪਿਆ ਵਾ ਆ ਜਿਹੜਾ ਧੱਕਾ ਚੱਲਣ ਦਿਆ ਮੇਰਾ ਧੱਕਾ ਨੀ ਚੱਲਦਾ ਤੂੰ ਲਓ ਮੇਰੇ ਵੀਡੀਓ ਤੇ ਵਲੌਗ ਦੇ ਐਂਡ ਦੇ ਵਿੱਚ ਅਸੀਂ ਘਰੇ ਪਹੁੰਚ ਚੁੱਕੇ ਹਾਂ ਤੇ ਇਹ ਕਿੱਧਰ ਲਈ ਜਾਨੀ ਆ ਉਧਰ ਮੰਜੇ ਤੇ ਰੱਖੋ ਮੰਮੀ ਜੀ ਤੇਰੇ ਲਈ ਕੁਛ ਨੀ ਲਿਆਂਦਾ ਚਲਾ ਚਾਤਰ ਨਾ ਬਣ ਤੇਰਾ ਵਾ ਆਹ ਪਰਲਾ ਤੇਰਾ ਵਾ ਦੋਵੇਂ ਇੱਕੋ ਜਿਹੇ ਨੇ ਪਾਤੇ ਇੱਕੋ ਜਿਹੇ ਦੋ ਲੈ ਸੀਗੇ
ਦੋ ਲੈ ਸੀ ਤੇਰੇ ਨੀ ਇੱਕ ਸੰਦੀਪ ਦਾ ਇਹਦੇ ਚੋ ਅੱਛਾ ਸਾਡੇ ਦੋ ਭੈਣਾਂ ਦੇ ਇੱਕੋ ਜਿਹਾ ਲਿਆ ਮੰਮੀ ਨੇ ਲਓ ਜੀ ਮੰਮੀ ਦਾ ਜਿਹੜਾ ਹੋ ਗਿਆ ਹਾਂ ਤੇ ਇੱਕ ਕਿਹੜਾ ਵਾ ਇੱਕ ਆ ਵਾ ਨਾ ਇੱਕ ਆ ਹੋ ਗਿਆ ਤੇ ਆ ਹੋ ਗਿਆ ਆ ਦੋ ਦੋ ਇਹਨਾਂ ਦੇ ਹੋ ਗਏ ਕਿਹੜੇ ਆ ਤਾਂ ਨਹੀਂ ਮੈਂ ਲੈਂਦੀ ਤੇਰਾ ਇਹਨਾਂ ਚੋਂ ਇੱਕ ਜਿਹੜਾ ਮਰਜ਼ੀ ਚੱਕ ਲਾ ਮੈਂ ਆ ਲੈਣੀ ਆ कमेंट करके जरूर दस्यो कि मम्मी जी नूं केड़ा सूट वधिया लगूगा इन्हां चों थैंक यू लव यू ऑल सारयां नूं ओही मम्मी नूं आपां दे देणे आ